ਇਹ ਐਸੀ ਗੱਲ ਨਹੀਂ ਪਰ ਜੋ ਤੁਹਾਡੇ ਵਿੱਚੋਂ ਆਪਣਾ ਬਨ ਨਜ਼ਰਾਂ ਦਾ ਹੋਰ ਕਿਸੇ ਚੋਂ ਨਹੀਂ ਹੁੰਦਾ ਇਹ ਸ਼ਾਇਦ ਇਸ ਲਈ ਕਿ ਮੈਂ ਵੀ ਸਾਰਿਆਂ ਨੂੰ ਰੱਜ ਕੇ ਪਿਆਰ ਦਿੰਨਾ ਸਕਰੀਨ ਤੋਂ ਵੀ ਸਕਰੀਨ ਦੇ ਥਰੂ ਵੀ ਔਰ ਪਰਸਨਲੀ ਵੀ ਜਦੋਂ ਮਿਲਦਾ ਕਿਸੇ ਨੂੰ ਮੈਂ ਜਿੰਨਾ ਬਣ ਪੈਂਦਾ ਰੱਜ ਕੇ ਪਿਆਰ ਦਿੰਨਾ ਧਰਮਜੀਤ ਇੱਕ ਵਾਰ ਮੈਂ ਤੁਹਾਡੇ ਬਾਰੇ ਪੜ੍ਹਿਆ ਸੀ ਜਦੋਂ ਤੁਸੀਂ ਫਿਰ ਫਿਲਮਾਂ 'ਚ ਫੂਲ ਔਰ ਪੁੱਤਰ ਤੋਂ ਹਿੱਟ ਹੋ ਗਏ ਸੀ ਫਿਰ ਤੁਸੀਂ ਮੇਰੇ ਖਾਲ 2 2 3 3 ਸ਼ਿਫਟਾਂ ਵਿੱਚ ਵੀ ਕੰਮ ਕੀਤਾ ਫਿਰ ਸਾਨੂੰ ਪੰਜਾਬ ਫਿਰ ਕਿੰਨੇ ਸਾਲਾਂ ਬਾਅਦ ਗਏ ਸੀ ਤੁਸੀਂ ਕਿ ਜੋ ਬਹੁਤ ਹੀ ਧੀਰ ਬਾਦ ਲੰਮਾ ਅਰਸੇ ਬਾਦ ਗਿਆ ਸੀ ਤੇ ਬੜਾ ਉਦਾਸ ਹੋ ਗਿਆ ਸੀ ਦੇਖ ਕੇ ਕਿ ਮੈਂ ਇਸ ਮਿੱਟੀ ਤੋਂ ਇਨੀ ਦੇਰ ਦੂਰ ਕਿਉਂ ਰਿਹਾ ਉਹ ਕੜੀ ਮੈਨੂੰ ਹੁਣ ਵੀ ਯਾਦ ਆਉਂਦੀ ਹੈ ਤੇ ਮੈਨੂੰ ਕਦੀ ਉਹ ਪਿੰਡ ਦੇ ਖੇਤ ਹਾਂ ਹੁਣ ਮੈਂ ਅਸੀਂ ਪਟਿਆਲੇ ਸੀ ਤੇ ਮੈਂ ਦਾ ਚਾਹੁੰਦਾ ਸੀ ਰਾਤਾਂ ਨੂੰ ਸ਼ੂਟਿੰਗ ਤੋਂ ਰੈੱਡ ਕਿਟਾਇਮ ਆਪਣੇ ਜਿਹੜੇ ਸਕੂਲ 'ਚ ਪੜਦਾ ਸੀ ਮੈਂ ਉੱਥੇ ਗਰਾਊਂਡ 'ਚ ਬੈਠ ਕੇ ਉੱਥੇ ਉਹਦਾਕ ਆਪਣੇ ਨਸ਼ਾਸਿਸ ਮਿੱਟੀ ਜਿੱਥੋਂ ਮੈਂ ਉੱਠ ਕੇ ਆਇਆ ਏ